अच्छा तोड़ा हो गया 3 महीने हो गए ना। हाँ जी कितना घटिया भार ਅਸੀਂ 23 ਕਿਲੋ ਘਟ ਗਿਆ 3 ਮਹੀਨੇ ਹਾਂਜੀ ਅੱਛਾ ਖਾ ਤੁਸੀਂ ਕੀ ਜ਼ੋਰ ਵਾਲਾ ਕੰਮ ਕੋਈ ਕਰਦੇ ਕੋਈ ਖੇਤੀਬਾੜੀ ਦਾ ਕੰਮ ਜਾਂ ਕੋਈ ਹੋਰ ਹਾਂ ਬਸ ਜੋ ਵੀ ਹੈ ਜੀ ਹੈ ਜੋ ਵੀ ਜੋਬ ਹਾਂਜੀ ਕਿੱਦਾਂ ਦੀ ਜੋਬ ਆ ਤੁਹਾਡੀ ਬੈਠਣ ਵਾਲੀ ਵਿਹਲੇ ਜੀ ਹਾਂ ਅੱਛਾ ਨਹੀਂ ਕੋਈ ਫਿਰ ਕਰੋ ਇਹਦਾ ਵੀ ਥੋੜਾ ਜਿਹਾ ਸਰੀਰ ਨੂੰ ਚਲਾਓ ਇਹਦੀ ਸਰਵਿਸ ਵੀ ਕਰੋ ਬਾਡੀ ਦੀ ਇਹਨੂੰ ਰੋਜ਼ ਲੋੜ ਆ 15 ਮਿੰਟ ਦੀ ਐਵਰੀ ਡੇ ਕਰ ਲੈਣੇ ਸ਼ੁਰੂ ਤੇ ਇਹ ਜਿਹੜਾ ਆਪਰੇਸ਼ਨ ਆ ਇਹ ਥੋੜੀ ਹੈਲਪ ਕਰਦਾ ਇੱਕ ਵਾਰੀ ਨਾ ਭਾਰ ਘਟਾ ਦੇਣਾ ਫਿਰ ਤੁਸੀਂ ਇਹਨੂੰ ਮੇਨਟੇਨ ਰੱਖਣਾ ਠੀਕ ਹੈ ਠੀਕ ਹੈ ਦੂਜਾ ਜਿਵੇਂ ਆ ਢਿੱਲਾ ਹੋ ਜਾਂਦਾ ਚਮੜੀ ਢਿੱਲੀ ਹੋ ਜਾਂਦੀ ਆ ਇਹਦੇ 'ਚ ਵੀ ਹੈਲਪ ਕਰ ਜੇ ਐਕਸਰਸਾਈਜ਼ ਕਰੋਗੇ ਇਹ ਵੀ ਬੈਟਰ ਹੋਊਗੀ ਰਿਜ਼ਲਟ ਵੀ ਬੈਟਰ ਮਿਲੂਗਾ ਮੈਂ ਵੀ ਦੇਖਿਆ એનર્ਜੀ ਲੈਵਲ ਵੀ ਬੈਟਰ ਰਹਿੰਦੇ ਆ ਹਾਂਜੀ ਜਿਹੜੇ ਬੰਦੇ ਕੰਮ ਕਰਦੇ ਆ ਨਾ ਜਿਹੜੇ ਹੁਣ ਖੇਤ 'ਚ ਕੰਮ ਕਰਨ ਕਹੀ ਨਾਲ ਉਹਨਾਂ ਦਾ ਭਾਵੇਂ ਭਾਰ ਉਹ 1 ਕੁਇੰਟਲ ਵੀ ਘਟਾ ਲੈਣ ਪਰ ਉਹਨਾਂ 'ਚ 1 ਕੁਇੰਟਲ ਭਾਰ ਘਟਣ ਤੋਂ ਬਾਅਦ ਤਾਕਤ ਜ਼ਿਆਦਾ ਹੁੰਦੀ ਆ એનર્ਜੀ ਲੈਵਲਸ ਜੇ ਆਪਾਂ ਕੰਮ ਨਹੀਂ ਕਰਦੇ ਫਿਰ ਜੇ ਤੁਹਾਡਾ 60 ਕਿਲੋ ਵੀ ਘਟਿਆ ਨਾ ਭਾਰ ਉਸ ਤੋਂ ਬਾਅਦ ਵੀ ਨਾ ਸਰੀਰ 'ਚ ਵੀਕਨੈਸ ਹੀ ਫੀਲ ਹੁੰਦੀ ਆ ਤੇ ਇਹ ਜਿਹੜਾ એનર્ਜੀ ਲੈਵਲਸ ਦਾ ਫਰਕ ਆ ਉਹਦੇ 'ਚ ਇੱਕ ਤਾਂ ਡਾਈਟ ਦਾ ਰੋਲ ਆ ਹਾਂਜੀ ਦੂਸਰਾ ਰੋਲ ਆ ਕਿ ਤੁਸੀਂ ਮਸਲ ਟੋਨ ਤੁਹਾਡੀ ਕਿੰਨੀ ਆ ਐਕਸਰਸਾਈਜ਼ ਕਿੰਨੀ ਕਰਦੇ ਆ ਇਹਦੀ ਐਕਸਰਸਾਈਜ਼ ਹੁਣੇ ਆਪਣਾ ਸ਼ੁਰੂ ਕਰ ਦਿਓ ਅੱਜ ਤੋਂ ਹੀ ਨਾ ਪਹਿਲਾਂ ਪਹਿਲਾਂ ਤਾਂ ਸਾਈਕਲ ਹੀ ਰੱਖ ਲਓ ਇੱਕ ਘਰੇ ਪੈਡਲ ਮਾਰਨ ਨਾਲ ਹਾਂਜੀ ਹਾਂਜੀ ਉੱਤੇ ਲਾ ਲਿਆ ਕਰੋ 5-7 ਮਿੰਟ ਹੌਲੀ ਹੌਲੀ ਟਾਈਮ ਵਧਾਈ ਜਾਓ ਬਸ ਠੀਕ ਹੈ ਤੇ ਬਾਕੀ ਡਾਈਟ ਦੇ ਵਿੱਚ ਚਿਕਨ ਵਗੈਰਾ ਤਾਂ ਨਹੀਂ ਖਾਂਦੇ ਤੁਸੀਂ ਇਹ ਖਾ ਲੈਣੇ ਚਿਕਨ ਖਾ ਲੈਣੇ ਚਿਕਨ ਹਫਤੇ 'ਚ 3-4 ਵਾਰੀ ਖਾ ਲਿਆ ਕਰੋ ਫਿਰ ਠੀਕ ਹੈ ਚਿਕਨ 'ਚ ਐਕਚੁਅਲੀ ਪ੍ਰੋਟੀਨ ਆ ਤਾਂ ਜਿਹੜੇ ਪੇਸ਼ੈਂਟ ਚਿਕਨ ਖਾਣ ਵਾਲੇ ਉਹਨਾਂ ਲਈ ਤਾਂ ਇਹ ਫਾਇਦਾ ਹੀ ਆ ਇਹਦਾ ਠੀਕ ਹੈ ਪ੍ਰੋਟੀਨ ਆਪਾਂ ਨੂੰ ਚਾਹੀਦਾ ਬਾਕੀ ਦਹੀਂ ਜ਼ਰੂਰ 3 ਵਾਰੀ ਖਾਇਆ ਕਰੋ ਦਹੀਂ ਖਾ ਲਈ ਰੋਟੀਆਂ ਦਾ ਸੇਵਨ ਘੱਟ ਕਰੋ 2 ਟਾਈਮ ਤੇ ਖਾਓ ਰੋਟੀਆਂ ਠੀਕ ਹੈ ਦੁਪਹਿਰੇ ਭਾਵੇਂ ਇਕੱਲੀ ਦਾਲ ਸਬਜ਼ੀ ਦਹੀਂ ਖਾ ਲਿਆ ਜਾਂ ਕੋਈ ਫਰੂਟ ਖਾ ਲਿਆ ਠੀਕ ਹੈ ਰੋਟੀ 2 ਟਾਈਮ ਖਾਧੀ ਜਾਵੇ ਠੀਕ ਹੈ ਠੀਕ ਹੈ